हाँ जी, किवें हो सारे दोस्तों? की थोनू पता चीन ते इंडोनेशिया च जिहड़े खेत चो झोना लाउंदे आ उहदे विच मच्छियां वी छड्दे आ। जे हुण तक इहदे बारे नहीं पता तां इह वीडियो नूं अखीर तक पूरा देखियो ते आपां अज इहदे बारे गल्लबात करांगे। ते इहदे बारे हुण जानकारी देण दा कम्म मेरा गा ते इहनूं अग्गे दी अग्गे शेयर करना इह हुण तुहाडी जिम्मेवारी आ। ਇਹ ਵੀਡੀਓ 'ਚ ਗੱਲ ਕਰਦੇ ਆਪਾਂ ਇੰਡੋਨੇਸ਼ੀਆ ਦੇ ਇੱਕ ਕਿਸਾਨ ਦੀ, ਜਿਹੜਾ ਆਪਦੀ ਪੂਰੀ ਕਹਾਣੀ ਇਹ ਵੀਡੀਓ ਦੇ ਵਿੱਚ ਦੱਸ ਰਿਹਾ ਹੈਗਾ। ਉਹ ਕਹਿੰਦਾ ਵੀ ਮੇਰੀ 17 ਸਾਲਾਂ ਦੀ ਡਿਗਰੀ ਪੂਰੀ ਹੋ ਗਈ ਸੀ ਅਤੇ ਉਦੋਂ ਬਾਅਦ 19 ਸਾਲਾਂ ਦਾ ਵਿਆਹ ਹੋ ਗਿਆ ਸੀ ਅਤੇ ਇਹਦੇ ਇੱਕ ਮੁੰਡਾ ਅਤੇ ਇੱਕ ਕੁੜੀ, ਦੋ ਬੱਚੇ ਵੀ ਹੈਗੇ। ਪਰ ਡਿਗਰੀ ਤੋਂ ਬਾਅਦ ਕੰਮ ਕੋਈ ਨਾ ਹੋਣ ਦੇ ਕਰਕੇ ਇਹਨੂੰ ਆਪਣੀ ਜਿਹੜੀ ਇਹਦੇ ਪੁਰਖਿਆਂ ਦੀ ਜ਼ਮੀਨ ਹੁੰਦੀ ਹੈਗੀ ਉਹਦੇ ਵਿੱਚ ਹੀ ਕਹਿੰਦਾ ਮੈਂ ਖੇਤੀ ਕਰਨ ਲੱਗ ਗਿਆ ਸੀਗਾ 17 ਸਾਲਾਂ ਦੀ ਉਮਰ 'ਚ ਹੀ। ਅਤੇ ਕੀ ਹੋਇਆ, ਖੇਤ ਆਪਾਂ ਨੂੰ ਪਤਾ ਆਪਣੇ ਉੱਥੇ ਪੰਜਾਬ ਵਾਂਗੂ ਤਾਂ ਧਰਤੀ ਹੈ ਹੀ ਨਹੀਂ ਗਈ ਵੀ 90-90, 100-100 ਮਣ ਦਾ ਝੋਨਾ ਨਿਕਲ ਆਊਗਾ। ਉੱਥੇ ਛੋਟੇ ਛੋਟੇ ਕਿੱਲੇ ਹੈਗੇ, ਥੋੜ੍ਹੇ ਥੋੜ੍ਹੇ ਖੇਤ 'ਚ ਲੋਕ ਖੇਤੀ ਕਰਦੇ ਹੈਗੇ ਅਤੇ ਉਹੋ ਜਿਹਾ ਉਹਨਾਂ ਦਾ ਥੋੜ੍ਹਾ ਥੋੜ੍ਹਾ ਝਾੜ ਹੁੰਦਾ ਗਾ। ਇਸ ਲਈ ਥੋੜ੍ਹੇ ਝਾੜ ਕਰਕੇ ਕਹਿੰਦਾ ਵੀ ਪੂਰੇ ਪਰਿਵਾਰ ਦਾ ਖਰਚਾ ਮੈਨੂੰ ਕੱਢਣਾ ਬਹੁਤ ਔਖਾ ਹੋ ਗਿਆ ਸੀ ਵੀ ਜਵਾਕਾਂ ਨੂੰ ਵੀ ਪੜ੍ਹਾਉਣਾ, ਉਹਨਾਂ ਦੇ ਫੀਸਾਂ ਹੀ ਭਰਨੀਆਂ, ਹੋਰ ਘਰ ਦੇ ਖਰਚੇ ਹੈਗੇ ਵੀ ਕਾਫੀ ਪ੍ਰੋਬਲਮ ਆਉਣ ਲੱਗ ਗਿਆ ਸੀ। ਪਰ ਹੁਣ ਇਹਨੇ ਕੀ ਸੋਚਿਆ ਵੀ ਹੁਣ ਇਕੱਲੀ ਖੇਤੀ ਨਾਲ ਗੁਜ਼ਾਰਾ ਨਹੀਂ ਹੋਣਾ, ਖੇਤੀ ਦੇ ਨਾਲ ਨਾਲ ਹੁਣ ਕੋਈ ਸਹਾਇਕ ਧੰਦਾ ਵੀ ਸਟਾਰਟ ਕਰਨਾ ਚਾਹੀਦਾ। ਅਤੇ ਇਹਦੇ ਲਈ ਇਹਨੇ ਕੀ ਕੀਤਾ, ਇਹਨੇ ਮੱਛੀ ਪਾਲਣ ਦੀ ਟ੍ਰੇਨਿੰਗ ਲੈਣ ਲੱਗ ਗਿਆ। ਇਹ ਮੱਛੀ ਪਾਲਣ ਦੀ ਟ੍ਰੇਨਿੰਗ, ਇਹਨੇ ਕੋਈ ਆਮ ਮੱਛੀ ਦਾ ਫਾਰਮ ਨਹੀਂ ਸੀ ਪਾਉਣਾ, ਇਹਨੇ ਕੀ ਕੀਤਾ ਜਿਹੜੇ ਖੇਤ 'ਚ ਝੋਨਾ ਲਾਉਂਦਾ ਗਾ ਉਹਦੇ ਸਾਈਡਾਂ 'ਤੇ ਥੋੜ੍ਹੇ ਜਿਹੇ ਡੂੰਘੀਆਂ ਝੋਨੇ ਦੇ ਵਾਹਨ ਨਾਲ ਉਹ ਕਿਆਰੀਆਂ ਪੱਟ ਕੇ ਉਹਦੇ ਵਿੱਚ ਇਹਨੇ ਮੱਛੀਆਂ ਛੱਡਤੀਆਂ ਲਿਆ ਕੇ। ਅਤੇ ਚਲੋ ਸਟਾਰਟਿੰਗ 'ਚ ਪ੍ਰੋਬਲਮ ਆਉਂਦੀ ਆ, ਜਦੋਂ ਨਹੀਂ ਹਿਸਾਬ ਹੁੰਦਾ ਹੌਲੀ ਹੌਲੀ ਗੇੜਾ ਆ ਜਾਂਦਾ ਹਰੇਕ ਚੀਜ਼ ਦਾ, ਫਿਰ ਇਹਦਾ ਮੱਛੀਆਂ ਦਾ ਕੰਮ ਪੂਰਾ ਵਧੀਆ ਚੱਲਣ ਲੱਗ ਗਿਆ। ਅਤੇ ਉਸ ਤੋਂ ਬਾਅਦ ਇਹਨੇ ਆਪਦੇ ਹੋਰ ਇੱਕ ਦੋ ਦੋਸਤਾਂ ਮਿੱਤਰਾਂ ਨੂੰ ਵੀ ਨਾਲ ਕੰਮ 'ਤੇ ਰੱਖਿਆ ਅਤੇ ਜਦੋਂ ਹੋਰ ਵਧੀਆ ਕੰਮ ਚੱਲ ਪਿਆ ਤਾਂ ਉਹਨਾਂ ਨੂੰ ਵੀ ਇਹ ਤਨਖਾਹ ਦੇਣ ਲੱਗ ਗਿਆ। ਕਹਿਣ ਤੋਂ ਮਤਲਬ ਹੈ ਝੋਨੇ ਦੇ ਨਾਲ ਨਾਲ ਮੱਛੀ ਪਾਲ ਕੇ ਇਹਦੀ ਆਮਦਨ ਦੁੱਗਣੀ ਤਿੱਗਣੀ ਹੋ ਗਈ, ਕਿਉਂਕਿ ਮੱਛੀਆਂ ਨੂੰ ਇਹਨੇ ਅੱਡ ਵੇਚਣਾ ਸੀ, ਝੋਨੇ ਨੂੰ ਅੱਡ ਵੇਚਣਾ ਸੀ। ਅਤੇ ਠੀਕ ਆ, ਇੱਥੋਂ ਤੱਕ ਤਾਂ ਹੋ ਗਈ ਇਹਦੀ ਕਹਾਣੀ। ਹੁਣ ਕੀ ਹੈ ਕਿ ਇਹ ਚੀਜ਼ਾਂ ਬਾਰੇ ਆਪਾਂ ਨੂੰ ਵੀ ਪੰਜਾਬ 'ਚ ਸੋਚਣ ਦੀ ਲੋੜ ਆ, ਆਪਣੀ ਡੁੱਬੀ ਜਾਂਦੀ ਖੇਤੀ ਨੂੰ ਬਚਾਉਣ ਦੇ ਲਈ ਆਪਾਂ ਨੂੰ ਵੀ ਕੁਛ ਇਹੋ ਜਿਹੇ ਤਰੀਕੇ, ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨ ਦੀ ਲੋੜ ਆ, ਕਿਉਂਕਿ ਇਹਨਾਂ ਦੇ ਫਾਇਦੇ ਬਹੁਤ ਜ਼ਿਆਦਾ ਹੈਗੇ ਮੱਛੀਆਂ ਦੇ। ਕਿਉਂਕਿ ਆਹ ਦੇਖੋ ਤੁਸੀਂ ਚਿੱਟੀਆਂ ਜਿਹੜੀਆਂ ਦੇਖ ਰਹੇ ਹੋ ਇਹ ਮੱਛੀਆਂ ਦੇ ਬਿੱਠਾਂ ਨੇ, ਅਤੇ ਆਪਣੇ ਝੋਨੇ ਨੂੰ ਇਹਨਾਂ ਬਿੱਠਾਂ ਤੋਂ ਬਹੁਤ ਜ਼ਿਆਦਾ ਖੁਰਾਕ ਅਤੇ ਤੱਤ ਇਹਨਾਂ ਬਿੱਠਾਂ 'ਚੋਂ ਹੀ ਮਿਲ ਜਾਂਦੇ ਆ, ਜਿਹਦੇ ਕਰਕੇ ਕੋਈ ਹੋਰ ਮਹਿੰਗੀ ਆਪਾਂ ਨੂੰ ਰੇਹ ਸਪਰੇ ਜਾਂ ਕੀਟਨਾਸ਼ਕ ਦਵਾਈਆਂ ਪਾਉਣ ਦੀ ਲੋੜ ਨਹੀਂ ਪੈਂਦੀ। ਅਤੇ ਇਹ ਤੋਂ ਇਲਾਵਾ ਧਰਤੀ ਦੀ ਜਿਹੜੀ ਆਪਣੀ ਉਪਜਾਊ ਸ਼ਕਤੀ ਆ ਉਹ ਵੀ ਬਹੁਤ ਜ਼ਿਆਦਾ ਇੰਪਰੂਵ ਹੁੰਦੀ, ਇਹਦੇ ਨਾਲ ਵੱਧਦੀ ਹੈਗੀ। ਅਤੇ ਆਹ ਦੇਖੋ ਹੁਣ ਇੱਕ ਤਾਂ ਇਹਨੂੰ ਮੱਛੀਆਂ ਵੇਚ ਕੇ ਆਮਦਨ ਹੋ ਰਹੀ ਹੈਗੀ 1,000 ਸਕੁਐਰ ਮੀਟਰ 'ਚ, ਉਹ ਕਹਿੰਦਾ ਵੀ ਮੈਂ 200 ਤੋਂ 300-400 ਡਾਲਰ ਵਾਂਗੂ, $400 ਦੀਆਂ ਤਾਂ ਮੱਛੀਆਂ ਵੇਚਤੀਆਂ ਅਤੇ ਹੌਲੀ ਹੌਲੀ ਉਹੀ $700-800 ਵਾਂਗੂ ਹੋ ਗਿਆ, ਜਿਹਦੇ ਨਾਲ ਇਹਦੀ ਮੰਨ ਲਓ ਵੀ $2,500-2,600 ਇੱਕ ਸੌ ਸਕੁਐਰ ਮੀਟਰ 'ਚ ਇਹਦੀ ਆਮਦਨ ਹੋਣ ਲੱਗ ਗਈ। ਅਤੇ ਇਹ ਤਾਂ ਇਹਦੇ ਹੁਣ, ਅਤੇ ਇੱਕ ਹੋਰ ਆ ਇਹਦੀ ਗੱਲ, ਜਿਹੜਾ ਇਹਦੀ ਪੂਰੀ ਫਸਲ ਹੋਣੀ ਹੈਗੀ ਇਹ ਪੂਰੀ 100% ਔਰਗੈਨਿਕ ਹੋਣੀ ਆ, ਕਿਉਂਕਿ ਕਿਸੇ ਕੀਟਨਾਸ਼ਕ ਦੀ ਵਰਤੋਂ ਨਹੀਂ ਹੋਈ ਇਹ 'ਚ, ਕੋਈ ਜ਼ਹਿਰੀਲੇ ਦਵਾਈਆਂ ਨਹੀਂ ਪਾਈਆਂ, ਠੀਕ ਆ। ਅਤੇ ਪਰ ਆਮਦਨ ਦੁੱਗਣੀ ਤਿੱਗਣੀ ਕਿ ਚੌਗਣੀ ਆਮਦਨ ਹੋਣ ਲੱਗ ਗਈ। ਸੋ ਆਪਾਂ ਨੂੰ ਪੰਜਾਬ 'ਚ ਵੀ ਇਹਨਾਂ ਚੀਜ਼ਾਂ ਬਾਰੇ ਸੋਚਣ ਦੀ ਲੋੜ ਆ ਕਿ ਜੇ ਇਹਨਾਂ ਬਾਰੇ ਆਪਾਂ ਖੇਤੀ ਸਟਾਰਟ ਕਰੀਏ ਤਾਂ ਇੱਕ ਤਾਂ ਆਪਣੀ ਕਿਸਾਨੀ ਨੂੰ ਬਹੁਤ ਫਾਇਦਾ ਹੋਊਗਾ, ਇਸ ਤੋਂ ਇਲਾਵਾ ਰੁਜ਼ਗਾਰ ਨਵੇਂ ਪੈਦਾ ਹੋਣਗੇ, ਠੀਕ ਹੈ। ਅਤੇ ਆਹ ਦੇਖੋ ਇਹਦੇ ਖੇਤ ਦੀ ਇੱਕ ਹੋਰ ਤੁਹਾਨੂੰ ਵੀਡੀਓ ਦਿਖਾ ਦੇਣਾ, ਇਹ 'ਚ ਇਹਦਾ ਉਹ ਦੇਖੋ ਪਰਾਂ ਝੋਨਾ ਲਾਇਆ ਵਾ ਸਾਰੇ ਅਤੇ ਇਹਦੇ ਉਰਾਂ ਮੱਛੀਆਂ ਛੱਡੀਆਂ ਹੋਈਆਂ ਨੇ ਥੋੜ੍ਹਾ ਜਿਹਾ ਡੂੰਘਾ ਥੋਂ ਕਰਕੇ। ਸੋ ਜਦੋਂ ਝੋਨਾ ਕੱਟਣਾ ਹੋਇਆ ਉਸ ਤੋਂ ਪਹਿਲਾਂ ਨਾਲ ਮੱਛੀਆਂ ਵੀ ਤਿਆਰ ਹੋ ਜਾਣੀਆਂ, ਪਹਿਲਾਂ ਇਹਨੇ ਮੱਛੀਆਂ ਵੇਚ ਦੇਣੀਆਂ ਅਤੇ ਉਹ ਤੋਂ ਬਾਅਦ ਝੋਨਾ। ਅਤੇ ਦੋਸਤੋ ਆਪਾਂ ਨੂੰ ਵੀ ਇਹ ਚੀਜ਼ਾਂ ਬਾਰੇ ਹੁਣ ਸੋਚਣ ਦੀ ਲੋੜ ਹੈਗੀ, ਕਿਉਂਕਿ ਆਪਣੇ ਭਾਰਤ 'ਚ ਵੀ ਕਈ ਥਾਵੇਂ ਆਪਣੇ ਸਾਊਥ ਵੱਲ ਇਸ ਤਰ੍ਹਾਂ ਦੀ ਖੇਤੀ ਸਟਾਰਟ ਹੋ ਚੁੱਕੀ ਆ, ਬਹੁਤ ਸਾਰੇ ਲੋਕ ਉੱਥੇ ਵੀ ਇਹ ਧੰਦਾ ਕਰਕੇ ਬਹੁਤ ਵਧੀਆ ਆਮਦਨ ਕਮਾ ਰਹੇ ਹੈਗੇ। ਅਤੇ ਦੋਸਤੋ ਇਕੱਲੇ ਇੰਡੋਨੇਸ਼ੀਆ 'ਚ ਨਹੀਂ, ਦੁਨੀਆਂ ਦੇ ਹੋਰ ਵੀ ਵੱਖ ਵੱਖ ਹਿੱਸਿਆਂ 'ਚ ਲੋਕ ਇਹ ਖੇਤੀ ਨੂੰ ਸਟਾਰਟ ਕਰ ਚੁੱਕੇ ਆ। ਇਹ ਤੋਂ ਇਲਾਵਾ ਚਾਈਨਾ ਦੀ ਵੀ ਤੁਹਾਨੂੰ ਮੈਂ ਅੱਗੇ ਵੀਡੀਓ ਦਿਖਾਊਂਗਾ, ਇਸ ਲਈ ਉਹਨੂੰ ਦੇਖਣ ਤੋਂ ਪਹਿਲਾਂ
एक बारी हुण इहनूं वीडियो नूं लाइक कर दिओ ते शेयर कर दिओ ते इहदे तरहां दीआं होर वीडियोज़ देखण दे लई मेरे ऑफिशियल यूट्यूब चैनल जस धालीवाल उगोगे उहदे इत्थे सज्जे पासे तुहानूं मैं फोटो भी देख लूँ आ फोटो च इहनूं यूट्यूब ते सर्च करके इहनूं सबसक्राइब कर लिओ क्योंकि इस तरह दीआं मैं वीडियोज़ आम ही आपदे चैनल ते अपलोड करदा रहिंदा गा। आ देखो ये चीन के खेत की वीडियो एक दी इत्थे पहला हुणे कद्दू कर रहा ये तो बाद झोना ला देना तो उस तो बाद इन्होंने मच्छियां छड़ देनियां विच आ देखो आ मच्छी विच फिरदी आ इन्हें की करना गा जिहड़े इत्थे कोई फसल नुकसान पहुँचाने वाले कीड़े होणगे सूंडियां होणगियां उन्हां नूं एक तां इन्हें उन्हां नूं खा जाणा दूजे दे बिठां ने उन्हां ने वधिया खाद का कम करना झोने च झाड़ वधिया निकलना झोने का तो देखो भी एक छोटे जिहे तरीके नाल किन्ने ज़्यादा फायदे हो सकते हैं अपनी आमदन भी दुगनी तिगनी चौगुनी हो सकती आ ते इहतों इलावा अपने धरती नूं होण वाले जिहड़े यूरिया नाल नुकसान हुंदा उह तों भी बचाया जा सकदा उपजाऊ शक्ति वधूगी। सो सरकार नूं चाहीदा कि इन्हां चीज़ां वल हुण ध्यान दे के पंजाब दी डुबदी हुई किसानी नूं बचाया जा सके। सो इत्थे वीडियो दा आपां अंत करदे आं बहुत बहुत धन्नवाद।